ਤੂੰ ਅਮਰੀਕਾ ਚ ਰਹਿਣਾ ਯਾਰ, ਸਿੱਧਾ ਕਹਿੰਦਾ ਉਹ ਮੁੰਨ ਲਓ, ਐਂ ਕਰ ਲਓ, ਗੁਰਤੰਗਾ ਤੋਂ ਬਾਲ ਮੁੰਨ ਲਓ, ਇਹੋ ਜਿਹਾ ਕਿਤੇ ਦੇਖਿਆ ਸੀਗਾ ਕੰਮ? ਆਪਦੀ ਮਾਂ ਨੂੰ ਦਿਖਾਵੇ, ਆਪਦੀ ਭੈਣ ਨੂੰ ਦਿਖਾਵੇ, ਆਪਦੇ ਰਿਸ਼ਤੇਦਾਰਾਂ ਨੂੰ ਦਿਖਾਵੇ। ਜਿਹੜਾ ਸਾਡਾ ਵੀਡੀਓ ਦਾ ਟਾਈਟਲ ਸੀਗਾ ਉਹ ਥੋੜ੍ਹਾ ਗਲਤ ਸੀ, ਅਸੀਂ ਚੇਂਜ ਕਰਤਾ, ਜਿਹਦੇ ਕਰਕੇ ਪੰਜਾਬੀਆਂ ਨੂੰ, ਸਾਰੇ ਭਰਾਵਾਂ ਨੂੰ ਪਿਆਰ ਕਰਨ ਵਾਲੇ ਬਹੁਤ ਠੇਸ ਪਹੁੰਚੀ ਹੈ। ਜਿਹਨਾਂ ਨੂੰ ਠੇਸ ਪਹੁੰਚੀ ਅਸੀਂ ਮਾਫ਼ੀ ਮੰਗਦੇ ਹਾਂ। ਵੀਡੀਓ ਨਾ ਡਿਲੀਟ ਕਰਦਾ ਨਾ, ਗੁਰਤੰਗਾ ਤੋਂ ਕਹਿੰਦਾ ਮੁੰਨਣ ਮੁੰਨ ਲਓ, ਕੀ ਮੁੰਨ ਲਓ, ਤੇਰੇ ਮਾਂ ਭੈਣ ਹੈ ਨੀ ਰੰਧਾਵਿਆ। ਜੇ ਆ ਨਾ ਤੂੰ ਸਹੀ ਗੱਲ ਆ ਨਾ, ਨੰਬਰ 1 ਤਾਂ ਹੈ ਗਿਆ ਸਾਲਾ, ਟੈਂਪੂ ਆਇਆ ਸਾਲਾ, ਤੇ ਸਰਾਬ ਵੀ ਚੱਕ ਦੇ ਵੀ ਪ੍ਰੋਡਿਊਸਰਾ, ਓਏ ਲੌਂਟਿਆ, ਕਣਕਾਂ ਦੇ ਪੈਸੇ ਇਕੱਠੇ ਕਰਕੇ ਖਾ ਗਿਆ ਤੂੰ। ਜਗਦੀਪ ਰੰਧਾਵਾ ਟੈਂਪੂ ਆ ਭਾਈ ਸਾਹਿਬ, ਕੰਨ ਖੋਲ ਕੇ ਸੁਣੋ, ਉਹਦੀ ਤੋਰ ਦੇਖ ਲਿਓ, ਉਹਦੀ ਮੂੰਹ ਦੇਖ ਲਿਓ, ਆ ਜਾ ਮੈਂ ਗੱਲ ਤੇ ਚਾਹਣਾ ਗੱਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕੁਝ ਦਿਨਾਂ ਤੋਂ ਪ੍ਰੋਡਿਊਸਰ DX ਦੀ ਵੀਡੀਓ ਦਾ ਮੁੱਦਾ ਕਾਫੀ ਵਾਇਰਲ ਹੋ ਰਿਹਾ ਹੈ। ਪਿਛਲੇ ਦਿਨੀ ਜਗਦੀਪ ਰੰਧਾਵਾ ਨੇ ਲਾਈਵ ਹੋ ਕੇ ਪ੍ਰੋਡਿਊਸਰ DX ਨੂੰ ਕਾਫੀ ਮੰਦਾ ਚੰਗਾ ਬੋਲਿਆ ਸੀ, ਜਿਸ ਤੋਂ ਬਾਅਦ ਅੱਜ ਪ੍ਰੋਡਿਊਸਰ DX ਤੇ ਭਾਨਾ ਸਿੱਧੂ ਨੇ ਜਗਦੀਪ ਰੰਧਾਵਾ ਦੇ ਕਈ ਵੱਡੇ ਖੁਲਾਸੇ ਕੀਤੇ। ਆਓ ਜਾਣਦੇ ਹਾਂ ਕੀ ਹੈ ਜਗਦੀਪ ਰੰਧਾਵਾ ਬਾਰੇ ਛੁਪੇ ਹੋਏ ਵੱਡੇ ਖੁਲਾਸੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ, ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ ਤੇ ਸਭ ਤੋਂ ਪਹਿਲਾਂ ਪਹੁੰਚ ਸਕੇ। ਇਸ ਦੇ ਨਾਲ ਹੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ। ਕੁਝ ਦਿਨ ਪਹਿਲਾਂ ਪ੍ਰੋਡਿਊਸਰ DX ਨੇ ਇੱਕ ਵੀਡੀਓ ਅਪਲੋਡ ਕੀਤੀ ਸੀ, ਜਿਸ ਵੀਡੀਓ ਦਾ ਟਾਈਟਲ ਸ਼ਾਇਦ ਕੁਝ ਲੋਕਾਂ ਨੂੰ ਪਸੰਦ ਨਹੀਂ ਆਇਆ ਸੀ, ਤੇ ਉਸ ਵੀਡੀਓ ਦਾ ਇਹ ਮੁੱਦਾ ਲਗਾਤਾਰ ਦਿਨੋਂ ਦਿਨ ਭਗਦਾ ਹੀ ਜਾ ਰਿਹਾ ਹੈ। ਕਈ ਲੋਕ ਪ੍ਰੋਡਿਊਸਰ DX ਦੇ ਹੱਕ ਵਿੱਚ ਹਨ, ਜੋ ਲਗਾਤਾਰ ਉਹਨਾਂ ਦਾ ਸਾਥ ਵੀ ਦੇ ਰਹੇ ਹਨ, ਅਤੇ ਕਈ ਲੋਕ ਉਹਨਾਂ ਨੂੰ ਗਲਤ ਵੀ ਠਹਿਰਾ ਰਹੇ ਹਨ। ਉਹਨਾਂ ਵਿੱਚੋਂ ਹੀ ਇੱਕ ਨਾਮ ਆਉਂਦਾ ਹੈ ਜਗਦੀਪ ਰੰਧਾਵੇ ਦਾ, ਜਿਸ ਨੇ ਪਿਛਲੀ ਦਿਨੀ ਪ੍ਰੋਡਿਊਸਰ DX ਤੇ ਗਾਲਾਂ ਕੱਢਣ ਤੇ ਅਸ਼ਲੀਲ ਵੀਡੀਓ ਬਣਾਉਣ ਦੇ ਕਾਫੀ ਆਰੋਪ ਲਾਏ ਸਨ। ਉੱਥੇ ਹੀ ਅੱਜ ਪ੍ਰੋਡਿਊਸਰ DX ਤੇ ਭਾਨਾ ਸਿੱਧੂ ਵੱਲੋਂ ਰੰਧਾਵੇ ਨੂੰ ਸਿੱਖਾਂ ਦਾ ਵਿਰੋਧੀ ਤੇ ਹੋਰ ਵੀ ਕਾਫੀ ਕੁਝ ਕਿਹਾ ਗਿਆ। ਆਓ ਦੇਖਦੇ ਹਾਂ ਉਹ ਸਾਰੀ ਵੀਡੀਓ। ਮੇਨ ਟੌਪਿਕ ਹੈ ਉਹ ਰੰਧਾਵੇ ਦਾ ਹੀ ਹੈ, ਰੰਧਾਵਾ ਵੀ ਲਾਈਵ ਦੇਖਣ ਲੱਗ ਗਿਆ ਕਿਉਂਕਿ ਉਹਦਾ ਹੱਥ ਨੂੰ ਥੁੱਕਲਾਈ ਬਿਠਾਊਗਾ ਵੀ ਕਦੋਂ ਆਉਣਗੇ ਕੋਰਟ ਦੇ ਨਾਲੇ। ਇੱਕ ਪਹਿਲੀ ਗੱਲ ਹੈ ਕਿ ਯਾਰ ਰੰਧਾਵੇ ਨੇ ਕਹਿੰਦਾ ਮੈਂ ਵੀਡੀਓ ਨਹੀਂ, ਕਹਿੰਦਾ ਉਹਨਾਂ ਖਿਲਾਫ਼ ਦੂਜੀ ਪਾਉਂਦਾ। ਸਾਡੀ ਅੱਜ ਸ਼ੁਰੂਆਤ ਹੈ, ਅਸੀਂ ਤੈਨੂੰ ਅਜੇ ਟ੍ਰੇਲਰ ਦਿਖਾਉਣਾ, ਫਿਲਮ ਦਾ ਅਜੇ ਸਾਰੀ ਬਾਕੀ ਹੈ, ਫਿਲਮ ਦਾ ਅਜੇ ਬਾਕੀ ਆ। ਸੁਣ ਲਾ ਮੇਰੀ ਗੱਲ, ਜਿਹੜੀ ਤਾਂ ਸਭ ਤੋਂ ਵੱਡੀ ਗੱਲ ਕਹੀ ਸੀ ਕਹਿੰਦਾ ਕਿਸਾਨ ਯੂਨੀਅਨ ਦੇ ਧਰਨੇ ਦੇ ਵਿੱਚ ਜਾ ਕੇ ਕਹਿੰਦਾ ਉਹਨਾਂ ਨੂੰ ਬੁਲਾਇਆ ਬੋਲਣ ਲੱਗ ਗਏ ਉਹ, ਕਹਿੰਦਾ ਉਹਨਾਂ ਨੂੰ ਕਿਸਾਨ ਯੂਨੀਅਨ ਵਾਲੇ ਕੀ ਲੱਗਦੇ ਨੇ। ਗੱਲ ਸੁਣ ਲਾ ਵਾ ਫੁੱਦੀ ਦਿਆ, ਚੱਲ ਹੁਣ ਮੈਂ ਗਲਤ ਲਫ਼ਜ਼ ਨਹੀਂ ਬੋਲਦਾ, ਜਿਹੜੀ ਤੂੰ ਕਿਸਾਨ ਯੂਨੀਅਨ ਦੀ ਗੱਲ ਕਰਦਾ, ਦਾਦਾ ਜੀ ਨੇ ਸਾਲ ਦੇ ਵਿੱਚ ਪੰਜ ਪੰਜ ਵਾਰੀ ਜੇਲ੍ਹ ਜਾਂਦੇ ਸੀਗੇ, ਤੂੰ ਭੈਣ ਦੀ ਹੁਣ ਕਣਕਾਂ ਦੇ ਪਾਪੂ ਲੜਦਾ ਹੋਣ ਦਾ ਮਾਰਾ, ਕਣਕਾਂ ਦੇ ਪੈਸੇ ਇਕੱਠੇ ਕਰਕੇ ਖਾ ਗਿਆ ਤੂੰ। ਉਹ ਤਾਂ ਚੱਲ ਸੀ ਨਾਲੇ, ਬਿਨਾਂ ਸਬੂਤ ਤੋਂ ਕੋਈ ਗੱਲ ਨਹੀਂ ਕਰਾਂਗੇ, ਸਬੂਤ ਨਾਲ ਗੱਲ ਕਰਾਂਗੇ ਸਾਲਿਆ। ਅਤੇ ਤੂੰ ਕਹਿੰਦਾ ਵੀ ਉੱਥੇ ਜਾ ਕੇ ਯੂਨੀਅਨ 'ਚ ਬੋਲਣ ਲੱਗ ਗਏ, ਉਹਨੂੰ ਉਹਨਾਂ ਨੇ ਬੁਲਾ ਲਿਆ, ਉਹਨਾਂ ਨੂੰ ਬੁਲਾ ਲਿਆ। ਜੇ ਕੋਈ ਕਿਸਾਨ ਯੂਨੀਅਨ ਸਟਾਰਟ ਕਰਨ ਵਾਲਾ ਸਰਦਾਰ ਕਰਤਾਰ ਸਿੰਘ ਚੇਅਰਮੈਨ ਸੀਗਾ ਜੇਲ੍ਹਾਂ ਦੇ ਵਿੱਚ, ਮੈਂ ਮੇਰੇ ਦਾਦੇ ਦੀ ਰੋਟੀ ਫੜਾ ਕੇ ਆਉਂਦਾ ਰਿਹਾ, ਅਤੇ ਕੇਲੇ ਕਿਤੇ ਕੇਲੇ ਲੱਗਣੇ ਜਦੋਂ ਜੇਲ੍ਹ 'ਚ ਹੁੰਦਾ ਸੀਗਾ, ਤੂੰ ਕਿਸਾਨ ਯੂਨੀਅਨ ਦੀ ਗੱਲ ਕਰਦਾ। ਨੰਬਰ 1 ਬਾਈ ਗੱਲ ਸੁਣ ਲਓ, ਚਲੋ ਪਹਿਲਾਂ ਆਉਣੇ ਗੱਲ ਵੀਡੀਓ 'ਤੇ, ਵੀਡੀਓ 'ਤੇ ਵੀ ਗੱਲ ਕਰਦੇ ਹਾਂ ਵੀ ਜਿਹੜਾ ਸਾਡਾ ਵੀਡੀਓ ਦਾ ਟਾਈਟਲ ਸੀਗਾ ਉਹ ਥੋੜ੍ਹਾ ਗਲਤ ਸੀ, ਅਸੀਂ ਚੇਂਜ ਕਰਤਾ, ਜਿਹਦੇ ਕਰਕੇ ਪੰਜਾਬੀਆਂ ਨੂੰ, ਸਾਰੇ ਭਰਾਵਾਂ ਨੂੰ ਪਿਆਰ ਕਰਨ ਵਾਲੇ ਨੂੰ ਬਹੁਤ ਠੇਸ ਪਹੁੰਚੀ ਹੈ, ਜਿਹਨਾਂ ਨੂੰ ਠੇਸ ਪਹੁੰਚੀ ਅਸੀਂ ਮਾਫ਼ੀ ਮੰਗਦੇ ਹਾਂ। ਦੂਜੀ ਗੱਲ ਚੱਲ ਰਹੀ ਆ ਉਹ ਰਾਮਣ ਵਾਸ ਦੇ ਮੁੰਡੇ ਗੱਲ ਚਲਾ ਰਹੇ ਨੇਗੇ ਵੀ ਸਾਡੇ ਪਿੰਡ ਦਾ ਉਹਨੂੰ ਲਿੱਤਾ, ਅਸੀਂ ਉਹਨਾਂ ਦੇ ਪਿੰਡ ਦਾ ਕੋਈ ਨਾਂ ਨਹੀਂ ਲਿੱਤਾ। ਇਹਨੂੰ ਵੀਡੀਓ 'ਚ ਰੋਲ ਦੇ ਲਓ, ਇਹ ਬੰਦੇ ਨੂੰ ਪਹਿਲੀ ਗੱਲ ਅਸੀਂ ਰੋਲ ਦੇ ਦਿੰਦੇ, ਸਾਨੂੰ ਤਾਂ ਇੰਨਾ ਪਤਾ ਨਹੀਂ ਬੇਟਾ ਹੁੰਦਾ ਹੈ। ਨੰਬਰ 1 ਤਾਂ ਇਹ ਗੇ ਆ, ਨੰਬਰ 1 ਗੇ ਦੀਆਂ ਨਿਸ਼ਾਨੀਆਂ, ਇੱਕ ਨਹੀਂ ਚਾਰ ਪੰਜ ਨੇ ਗੇ ਆ ਇਹ, ਸੁਣ ਲਓ ਰੰਧਾਵਿਆ, ਗੇ ਆ ਨਾ ਤੂੰ ਸਹੀ ਗੱਲ ਆ ਨਾ, ਨੰਬਰ 1 ਤਾਂ ਇਹ ਗੇ ਆ। ਨਿੰਜੇ ਦੇ ਖਿਲਾਫ਼ ਬੋਲਿਆ ਅੱਜ, ਉਹਦੇ ਨਾਲ ਫੋਟੋਆਂ ਪਾਈਆਂ ਨਿੰਜੇ ਦੇ ਖਿਲਾਫ਼ ਬੋਲ ਕੇ ਵੀ ਮੈਂ ਵੀ ਪਤਾ ਨਹੀਂ, ਮੈਂ ਨਿੰਜੇ ਦੇ ਹੁਣ ਮੈਨੂੰ ਰੋਲ ਦਿੱਤਾ। ਪਹਿਲਾਂ ਤਾਂ ਬਣਾਇਆ ਨੇ ਭਗਤ ਸਿੰਘ ਦੇ ਫੈਨ ਪੇਜ, 200K ਸੀਗੇ ਭਗਤ ਸਿੰਘ ਦਾ ਫੈਨ ਪੇਜ ਬਣਾ ਕੇ, ਉੱਥੋਂ ਨਹੀਂ ਕਰਿਆ ਆਪਦਾ ਪੇਜ ਬਣਾ ਲਿਆ ਰੰਧਾਵਾ, ਉਹਦਾ ਪੇਜ ਹੈਕ ਹੋ ਗਿਆ। ਦੂਜਾ ਬਣਾਇਆ ਨੇ ਨਾਸਤੇ ਕੁੱਤੇ, ਜਿਹਦੇ ਵਿੱਚ ਖਾਲਿਸਤਾਨ ਦੇ ਵਿਰੁੱਧ ਸਿੱਧਾ ਪੋਸਟਾਂ ਸੀਗੀਆਂ, ਤੁਹਾਨੂੰ ਇਹ ਚੀਜ਼ ਦਾ ਪਤਾ ਨਹੀਂ, ਸੋਸ਼ਲ ਨੈਟਵਰਕ ਚਲਾਉਣ ਵਾਲੇ ਬੰਦੇ ਕਹਿੰਦਾ ਮੈਂ ਫੇਮਸ ਹੋਣਾ, ਨਾਸਤੇ ਕੁੱਤੇ ਬਣਾ ਕੇ ਉਹਦੇ ਵਿੱਚ ਇਹ ਪਾਉਂਦਾ ਰਿਹਾ ਖਾਲਿਸਤਾਨ ਸਿੱਖਾਂ ਦੇ ਵਿਰੁੱਧ ਫੋਟੋਆਂ। ਇਹ ਸੁਣ ਲਓ ਸਿੱਖੋ, ਜਿਹੜੇ ਤੁਸੀਂ ਸੁਣ ਰਹੇ ਹੋ ਜਿਹੜੇ ਜਗਦੀਪ ਰੰਧਾਵੇ ਦੀ ਗੱਲ, ਜੇ ਤੁਹਾਨੂੰ ਨਹੀਂ ਪਤਾ ਸਿੱਖਾਂ ਦੇ ਖਿਲਾਫ਼ ਫੋਟੋਆਂ ਪਾਉਂਦਾ ਰਿਹਾ ਹੈ, ਹੁਣ ਵਾਲਾ ਪੇਜ ਆ ਜਗਦੀਪ ਰੰਧਾਵੇ ਦਾ, ਠੀਕ ਹੈ, ਤੁਹਾਨੂੰ ਯਕੀਨ ਨਹੀਂ ਆਉਂਦਾ, ਠੀਕ ਹੈ, ਆਹ ਲਾਈਵ ਹੋਇਆ ਹੋਇਆ ਸਾਰਾ ਕੁਝ, ਠੀਕ ਹੈ, ਇਹਦਾ ਹੁਣ ਵਾਲਾ ਪੇਜ ਆ, ਮੈਂ ਦਿਖਾਉਣਾ ਇਹ, ਆਹ ਖੋਲੋ ਇੱਥੋਂ ਇਨਫੋ, ਠੀਕ ਹੈ, ਇੱਥੋਂ ਚੈੱਕ ਕਰੋ ਖਾਲਿਸਤਾਨ ਦੇ ਕਿੰਨਾ ਵਿਰੁੱਧ ਬੋਲਦਾ ਰਿਹਾ ਬੰਦਾ, ਚੁੱਪ ਕਰ ਜਾ। ਆਹ ਦੇਖੋ ਨਾਸਤਿਕ ਕੁੱਤੇ, ਪਹਿਲਾਂ ਇਹਦਾ ਪੇਜ ਦਾ ਨਾਂ ਸੀਗਾ ਨਾਸਤਿਕ ਕੁੱਤੇ, ਠੀਕ ਹੈ, ਫਿਰ ਇਹਨੇ ਬਣਾਇਆ ਅਮੈਰੀਕਾ ਦੇ ਮੁੰਡੇ, ਨਾਂ ਚੇਂਜ ਕਰਦਾ, ਫਿਰ ਇਹਨੇ ਕਰਿਆ ਉਹੀ ਲੰਡੂ ਐਡਮਿਨ, ਫਿਰ ਆ ਯਾਰ ਜਗਦੀਪ ਰੰਧਾਵਾ। ਸੁਣ ਲਿਆ ਹੁਣ ਤੁਸੀਂ ਖਾਲਿਸਤਾਨ ਵਾਲੇ, ਜਿਹੜਾ ਤੁਹਾਨੂੰ ਪਤਾ ਤੁਸੀਂ ਜਿਹੜੇ ਪੇਜ ਦਾ ਰਿਪੋਰਟਾਂ ਕਰਦੇ ਹੁੰਦੇ ਖਾਲਿਸਤਾਨ ਵਾਲੇ ਵੀ ਆਹ ਪੇਜ ਨਾਸਤਿਕ ਕੁੱਤੇ ਕੀ ਦਾ,
ਇੱਕ ਬਣਾਇਆ ਸੀ ਨਾ ਇੰਸਟਾਗ੍ਰਾਮ ਤੇ ਨਾਸਤਿਕ ਕੁੱਤੇ, ਤੁਸੀਂ ਇਹਦੇ ਪੇਜ ਦੇ ਥੱਲੇ ਐਡਮਿਨ ਖੋਲ ਕੇ ਦੇਖ ਸਕਦੇ ਹੋ ਕਿੰਨਾ ਖਾਲਿਸਤਾਨ ਦੇ ਬੰਦਾ ਵਿਰੁੱਧ ਬੋਲਦਾ ਰਿਹਾ। ਆਪ ਦੇ ਆਪ ਨੂੰ ਕਿਸਾਨਾਂ ਦਾ ਵੱਡਾ ਹਵਾਲਾ ਕਹਾਉਂਦਾ। ਰੰਧਾਵਾ ਤਾਂ ਬੜਾ ਸੱਚਾ ਬੰਦਾ, ਇਹ ਸਾਡੇ ਕੋਲ ਮਿੰਨਤਾਂ ਕਰਦਾ ਹੁੰਦਾ ਵੀ ਵੀਡੀਓ 'ਚ ਰੋਲ ਦੇ ਰਿਹਾ, ਮੈਨੂੰ ਵੀਡੀਓ 'ਚ ਰੋਲ ਦੇ ਰਹੋ। ਜਿਹੜੀ ਤੂੰ ਯੂਟਿਊਬ ਦੀ ਗੱਲ ਕਰਦਾ ਨਾ ਵੀ ਮੈਂ ਪੈਸੇ ਕਮਾਉਂ, ਤੇਰੇ ਤਿੰਨ ਪੇਜ ਬਣਾਏ ਹੋਏ ਨੇ ਸਾਲਾ ਲੰਡਰਾ, ਤੇਰੇ ਤਿੰਨੇ ਪੇਜ ਨਹੀਂ ਚੱਲੇ ਯੂਟਿਊਬ ਦੇ ਚਲਾਉਣਾ ਕੰਮ ਪਈਆ ਭੈਣ ਦਾ, ਯੂਟਿਊਬ ਦੇ ਤਿੰਨੇ ਪੇਜ ਨਹੀਂ ਚੱਲੇ ਪੜੀ, ਤੂੰ ਕੀ ਜਾਣੇਗਾ ਸਾਲਾ ਕੁੱਤਾ ਤੂੰ। ਮੈਂ ਨਹੀਂ ਬੋਲਣਾ ਚਾਹੁੰਦਾ ਸੀਗਾ ਵੀ ਨਹੀਂ, ਚੱਲ ਕੋਈ ਗੱਲ ਨਹੀਂ, ਸਾਥੋਂ ਮਾੜੇ ਮੋਟਾ ਗਲਤੀਆਂ ਹੋ ਗਈਆਂ ਵੀਡੀਓ ਬਾਰੇ। ਤੂੰ ਤੇਰੀ ਭੈਣ ਦੀ ਤੋਰ ਦੇਖ ਲਿਓ, ਉਹਦੀ ਮੂੰਹ ਦੇਖ ਲਿਓ, ਆ ਜਾ ਮੈਂ ਗਰਦ ਚਾਹੁੰਦਾ ਗਰਦ, ਦੱਸ ਕਿਹਦੀ ਗਰਦ ਉੱਤਰੀ ਅੱਜ ਮੈਂ ਦੋਵੇਂ ਲੈਬ 'ਚ ਗਰਦ ਥੋਣਾ ਮੈਂ ਗਰਦ। ਇਹ ਵੀਡੀਓ ਦਾ ਮੰਨਦਾ ਟਾਈਟਲ ਗਲਤ ਸੀ, ਅਗਲੀ ਵਾਰ ਇਹ ਟਾਈਟਲ ਨਹੀਂ ਰੱਖਦੇ। ਅੱਜ ਤੱਕ ਰੱਬ ਦੀ ਕਿਰਪਾ ਰਹੀ ਆ, ਨਾ ਤਾਂ ਕਿਸੇ ਪਾਪੂਲਰ ਮੂਹਰੇ ਬੰਦੇ ਮੂਹਰੇ ਜਾ ਕੇ ਹੱਥ ਅੱਡਿਆ ਨਾ ਅੱਡਣੇ ਆ, ਹੱਥ ਉਹਨਾਂ ਅੱਡੇ ਲੋਕਾਂ ਜਿਹੜੇ ਪਿਆਰ ਕਰਦੇ ਨੇਗੇ, ਨੌਜਵਾਨ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਪੈਰੀ ਹੱਥ ਵੀ ਲਾਵਾ। ਇਹ ਭੜਕਾਉਂਦਾ, ਅਸੀਂ ਕਿਸੇ ਨੂੰ ਭੜਕਾਉਣਾ ਨਹੀਂ ਸੀ ਚਾਹੁੰਦੇ, ਪਰ ਇਹ ਹਟਾ ਨਹੀਂ ਗਾ ਭੜਕਾਉਣੋ, ਆਏ ਕਰਦਾਂਗੇ ਬਾਹ ਕਰਦਾਂਗੇ। ਮੈਂ ਟਰਾਲੀਆਂ ਭਰ ਕੇ ਆਉਂ, ਤੂੰ ਆ ਜੀ, ਤੂੰ ਪਿੰਡ ਆ ਜੀ, ਜਗਦੀਪੁਰ ਸਾਹਿਬ ਆ ਜੀ, ਕਦੋਂ ਮਰਜ਼ੀ ਦੇਖ ਲਈ ਦੇਖਣਾ ਆਊਗਾ। ਟਰਾਲੀਆਂ ਭਰ ਕੇ ਤੇਰੀ ਭੈਣ ਦੇ ਇੱਥੋਂ ਨਿਕਲਿਆ, ਤੁਸੀਂ ਗੰਦ ਨਾ ਪਾਓ, ਸਾਫ ਵੀਡੀਓ ਪਾ ਲਓ। ਜੇ ਹੁਣ ਉਹ ਗੰਦ ਪਾਈ ਜਾਂਦੇ ਆ, ਪਾਈ ਜਾਣ ਦੇ, ਫਿਰ ਤੁਸੀਂ ਸਾਰਾ ਪੰਜਾਬ ਬਸ ਉਹਨਾਂ ਨੂੰ ਦੇਖ ਰਿਹਾ ਗਾ, ਫਿਰ ਉਹੀ ਸੂਰਮੇ ਹੋ ਗਏ। ਇਹ ਆਪਦੇ ਸਾਰੇ ਇਲਜ਼ਾਮ ਲਾ ਕੇ ਮੇਰੇ 'ਤੇ ਸਿੱਟਣਾ ਚਾਹੁੰਦੇ ਆ, ਪਰ ਪੰਜਾਬ ਇਹਨਾਂ ਦੇ ਸਾਰਾ ਪਿੱਛੇ ਪਿਆ ਫਿਰਦਾ ਇਸ ਟਾਈਮ, ਪੰਜਾਬ ਇਹਨਾਂ ਦੇ ਸਾਰਾ ਪਿੱਛੇ ਪਿਆ ਹੈਗਾ। ਇਹਨਾਂ ਨੂੰ ਕੌੜਾ ਲੱਗਦਾ ਜਿਹੜਾ ਕੁਛ ਵੀ ਹੋ ਰਿਹਾ ਹੈਗਾ, ਹੁਣ ਇਹਨਾਂ ਨੂੰ ਕੌੜਾ ਲੱਗਦਾ ਗਾ, ਹੁਣ ਇਹ ਸਾਰਾ ਇਲਜ਼ਾਮ ਲਿਆ ਕੇ ਮੇਰੇ 'ਤੇ ਸਿੱਟ ਰਹੇ ਆ, ਆਪਦੀਆਂ ਗੱਲਾਂ ਤੋਂ ਭੱਜ ਰਹੇ ਆ। ਜਿਹੜਾ ਆਪ ਇਹਨਾਂ ਨੇ ਗੰਦ ਪਾਇਆ ਜਾਂ ਕੁਛ ਵੀ ਕਰਿਆ, ਹੁਣ ਕਹਿੰਦੇ ਸੀ ਸਮਾਜ ਸੇਵਾ ਕਰਾਂਗੇ, ਐਂ ਕਰਾਂਗੇ, ਜਿਹੜਾ ਵੀ ਗੰਦ ਪਾਇਆ ਗਾ ਉਹ ਛੱਡਾਂਗੇ। ਬਾਈ ਯਾਰ ਮੈਂ ਲੱਖੇ ਸਿਧਾਣੇ ਨੂੰ ਕਿਉਂ ਕਹਾਂ ਵੀ ਵਿੱਚ ਆ, ਵਿੱਚ ਲੋਕ ਕਮੈਂਟ ਕਰੀ ਜਾਂਦੇ ਵੀ ਲੱਖੇ ਸਿਧਾਣੇ ਨਾਲ ਰੰਧਾਵੇ ਦੀ ਲਿਹਾਜ ਆ, ਮੈਂ ਲੱਖੇ ਸਿਧਾਣੇ ਨੂੰ ਕਿਉਂ ਕਹਾਂ ਵੀ ਵਿੱਚ ਆ। ਉਹ ਯਾਰ ਲੱਖੇ ਸਿਧਾਣੇ ਨਾਲ ਮੇਰੀ ਲਿਹਾਜ ਆ, ਪਰ ਮੈਂ ਲੱਖੇ ਸਿਧਾਣੇ ਨੂੰ ਇਹੋ ਜਿਹੇ ਕੰਮਾਂ 'ਚ ਲੈ ਕੇ ਹੂੰ, ਮੈਨੂੰ ਕੀ ਲੋੜ ਆ ਬਾਈ। ਕਮੈਂਟ ਨਾ ਕਰ ਬਾਈ, ਲੱਖੇ ਸਿਧਾਣੇ ਨਾਲ ਮੈਂ ਕਹਿਣਾ ਮੇਰੀ ਲਿਹਾਜ ਆ, ਪਰ ਮੈਂ ਉਹਦਾ ਨਾ ਕਿਉਂ ਵਰਤੂੰ ਯਾਰ, ਨਾ ਉਹਨੂੰ ਮੈਂ ਵਿੱਚ ਕਿਉਂ ਲੈ ਕੇ ਆਊਂਗਾ, ਉਹ ਆਪਦਾ ਕੰਮ ਪੰਜਾਬ ਬਚਾਉਣ ਵਾਲਾ ਕਰ ਰਿਹਾ। ਮੈਨੂੰ ਕੋਈ ਨਹੀਂ, ਮੈਂ ਬਰਾਬਰ ਗਾਲਾਂ ਨਹੀਂ ਕੱਢਣੀਆਂ ਚਾਹੁੰਦਾ ਉਹਨਾਂ ਨੂੰ, ਕੱਢੀ ਜਾਣ ਦੇ, ਕਿਉਂਕਿ ਫਿਰ ਮੈਂ ਤਾਂ ਉਹ ਯਾਰ ਉਹ ਗਾਲਾਂ ਗੂਲਾਂ ਕੱਢੀ ਜਾਂਦੇ ਯਾਰ, ਆਪਾਂ ਗਾਲਾਂ ਕੱਢ ਕੇ ਕੀ ਲੈਣੀਆਂ ਵੀਡੀਓ, ਉਹਨਾਂ ਦੀਆਂ ਵੀਡੀਓ ਆ ਦਿਖਾ ਕੇ ਦੇਖ ਲਓ ਬੁੜੀਆਂ ਨੂੰ, ਜੇ ਬੁੜੀਆਂ ਨੇ ਕਹਿਤਾ ਉਹਨਾਂ ਦੀ ਵੀਡੀਓ ਸਹੀ ਆ, ਫਿਰ ਉਹਨਾਂ ਦੇ ਸਪੋਰਟਰ ਬਣੇ ਰਹੋ, ਜੇ ਕੁੜੀਆਂ ਬੁੜੀਆਂ ਨੇ ਕਹਿਤਾ ਉੱਥੇ ਇਹਨਾਂ ਦੀ ਗਰਦ ਹੋਣਿਆ, ਠੀਕ ਆ। ਇਹਨਾਂ ਨੂੰ ਯੂਟਿਊਬ ਤੋਂ 2 ਲੱਖ ਮਹੀਨੇ ਦਾ ਬਣਦਾ, ਗੰਦ ਪਾ ਕੇ 2 ਲੱਖ ਬਣ ਰਿਹਾ। ਹੁਣ ਹੋਰ ਬੰਦੇ ਉੱਠੀ ਜਾਣਗੇ, ਹਰੇਕ ਬੰਦਾ ਕੋਈ ਨੰਗਾ ਹੋ ਕੇ ਪਾ ਦਿਆ ਕਰੂ, ਕਿਉਂਕਿ ਸਾਰਾ ਪੰਜਾਬ ਇਸੇ ਕੰਮ 'ਤੇ ਹੋ ਜੂ ਯਾਰ, ਯੂਟਿਊਬ ਤੋਂ ਪੈਸੇ ਬਣਾਉਣ ਦਾ ਮਾਰਾ, ਠੀਕ। ਪ੍ਰੋਡਿਊਸਰ DX ਵੀ ਬਣਿਆ ਹੋਇਆ ਪੇਜ ਆ, ਉਸ ਦੇ ਉੱਪਰ ਜਿਹੜੇ ਕਾਫੀ ਜਿਹੜੀਆਂ ਅਸ਼ਲੀਲ ਵੀਡੀਓ ਪਾਈਆਂ ਹੋਈਆਂ ਨੇ, ਗਾਲਾਂ ਕੱਢਣ ਦੀਆਂ ਰੱਖ ਲਓ, ਜਾਂ ਉਸ ਤੋਂ ਬਾਅਦ ਇੱਕ ਸ਼ਬਦ ਆਪਾਂ ਬੋਲ ਵੀ ਨਹੀਂ ਸਕਦੇ ਇੱਥੇ ਖੜੇ, ਆ ਪਿੱਛੇ ਜੇ ਹੁਣ ਵੀਡੀਓ ਉਹਨਾਂ ਨੇ ਪਾਈ ਸੀ ਤਾਂ, ਜਾਂ ਇੱਕ ਰਾਮਨਵਾਸ ਪਿੰਡ ਦੀ ਕੁੜੀ ਦਾ ਉਹ ਕਿਤੇ ਨਾਂ ਲੈਂਦੇ ਨੇ, ਉਹ ਵੀ ਛੋਟੀ ਜਿਹੀ ਕਲਿੱਪ ਆਈ ਸੀ। ਸਾਡਾ ਤੁਹਾਡੇ ਕੋਲ ਆਉਣ ਦਾ ਪਿੰਡ ਵਾਸੀ ਉਹ ਮਕਸਦ ਇਹੀ ਹੈ। ਕਈ ਵਾਰੀ ਕੀ ਹੁੰਦਾ ਕਿ ਜਦੋਂ ਕੋਈ ਕੰਮ ਜ਼ਿਆਦਾ ਵੱਧ ਜਾਂਦਾ ਤਾਂ ਅਗਲਾ ਕਹਿੰਦਾ ਯਾਰ ਪਤਾ ਨਹੀਂ ਇਹ ਬੰਦੇ ਗੁੰਡਾਗਰਦੀ ਕਰਨਾ ਇਹ ਹੈ ਜਾਂ ਬੰਦੇ ਬਦਮਾਸ਼ੀ ਕਰਦੇ ਨੇ। ਅਸੀਂ ਕਹਿੰਦੇ ਹਾਂ ਕਿ ਇਸ ਗੱਲ ਦਾ ਚਾਨਣਾ ਤੁਹਾਡੇ ਪਿੰਡ ਦੇ ਹਰ ਵਾਸੀ ਨੂੰ, ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਮਸਲਾ ਹੈ ਕੀ ਆ। ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਹੈ। ਨੌਜਵਾਨਾਂ ਦੀਆਂ ਫੋਟੋਆਂ ਟੀ ਸ਼ਰਟਾਂ ਤੇ ਲਾਉਂਦੇ ਨੇ ਗੱਡੀਆਂ ਦੇ। ਭਗਤ ਸਿੰਘ ਨੂੰ ਜਦੋਂ ਫਾਂਸੀ ਹੋਣੀ ਸੀ ਤਾਂ ਕਿਤਾਬ ਪੜ੍ਹਦਿਆਂ ਨੇ ਇੱਕ ਵਰਕਾ ਮੋੜਤਾ ਸੀ ਤੇ ਆਉਣ ਵਾਲੀ ਪੀੜ੍ਹੀ ਨੂੰ ਸੁਨੇਹਾ ਦੇ ਕੇ ਗਏ ਸੀ ਕਿ ਖੋਲ ਕੇ ਪੜ੍ਹਨਾ ਸ਼ੁਰੂ ਕਰ ਦਿਓਗੇ ਤਾਂ ਤੁਸੀਂ ਮੇਰੇ ਅਸਲ ਵਾਰਸ ਸਹੀ ਵਾਰਸ ਤੁਸੀਂ ਤਾਂ ਅਖਵਾਓਗੇ ਤੇ ਸਮੁੱਚੀ ਪੰਚਾਇਤ ਦੇ ਧਿਆਨ ਦੇ ਵਿੱਚ ਮਸਲਾ ਲਿਆਂਦਾ ਜਾਵੇ। ਕਿ ਮੈਂ ਤਾਂ ਹੈਰਾਨ ਰਹਿ ਗਿਆ ਗੱਲ ਹੋਰ ਦੇਖ ਕੇ ਯਾਰ, ਉਹ ਤੁਹਾਡੇ ਪਿੰਡ ਦਿਆਂ ਨੂੰ ਵੀ ਗਾਲਾਂ ਕੱਢੀ ਜਾਂਦੇ ਆ। ਆ ਮੈਂ ਕੱਲ ਦੀ ਇੱਕ ਵੀਡੀਓ ਮੈਨੂੰ ਸੁਣਾਈ ਕਿਸੇ ਨੇ, ਤੁਹਾਡੇ ਪਿੰਡ ਦਿਆਂ ਨੂੰ ਵੀ ਗਾਲਾਂ ਕੱਢ ਰਹੇ ਨੇ, ਆਪਦੇ ਪਿੰਡ ਦਿਆਂ ਨੂੰ ਵੀ ਦੇਖਣੀਆਂ ਦੇਖੋ ਨਹੀਂ ਯਾਰ, ਮੈਂ ਗਾਲ ਤਾਂ ਹੁਣ ਕੱਢ ਨਹੀਂ ਸਕਦਾ। ਯੂਟਿਊਬ ਦੇ ਉੱਤੇ ਬਹੁਤ ਕੁਛ ਗੰਦ ਮੰਦ ਪਿਆ ਯਾਰ, ਯੂਟਿਊਬ 'ਤੇ ਤਾਂ ਚੰਗਾ ਵੀ ਬਹੁਤ ਕੁਛ ਪਿਆ, ਅਸੀਂ ਚੰਗਾ ਵੀ ਲੋਕਾਂ ਅੱਗੇ ਪਰੋਸ ਸਕਦੇ ਹਾਂ। ਉਹਨਾਂ ਨੇ ਖੈਰ ਇਹੋ ਜਿਹੀ ਗੱਲ ਨਹੀਂ ਹੈਗੀ, ਮੈਂ ਇੱਕ ਦੋ ਉਹਨਾਂ ਨੇ ਪਹਿਲਾਂ ਵੀਡੀਓ ਇਹਨਾਂ ਨੇ ਮੈਨੂੰ ਮੈਂਬਰ ਨੇ ਦੱਸਿਆ ਤੁਹਾਡੇ ਪਿੰਡੋਂ, ਜਾਂ ਮੈਂ ਦਿਖਾਈਆਂ ਵੀ ਮੈਨੂੰ ਇੱਕ ਦੋ ਚੰਗੇ ਕੰਮਾਂ ਵੀ ਕੀਤੇ ਨੇ ਦੱਸਦੇ ਆ। ਅੱਜ ਕੱਲ੍ਹ ਕੁੜੀਆਂ ਵੀ ਬਹੁਤ ਜ਼ਿਆਦਾ ਜਿਹੜੀਆਂ ਇਹ ਚੀਜ਼ਾਂ ਦੇਖਦੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ, ਨੈੱਟ ਦੇ ਜ਼ਰੀਏ ਜੁੜੀਆਂ ਹੋਈਆਂ ਨੇ, ਉਹਨਾਂ ਕੋਲ ਵੀ ਇਹ ਚੀਜ਼ਾਂ ਚਲੀਆਂ ਜਾਂਦੀਆਂ ਨੇ। ਪਰ ਮੈਂ ਹੈਰਾਨ ਹਾਂ ਇਸ ਗੱਲ ਤੋਂ, ਮੈਨੂੰ ਸਮਝ ਨਹੀਂ ਲੱਗੀ ਕਿ ਯਾਰ ਅਸਲ ਉਹ ਸਾਬਿਤ ਕੀ ਕਰਨਾ ਚਾਹੁੰਦੇ ਆ। ਤੁਸੀਂ ਪਿੰਡ ਵਾਲੇ ਖੜੇ ਹੋ, ਤੁਹਾਡੇ ਕੋਲ ਅਸੀਂ ਪੁੱਛ ਲੈਂਦੇ ਹਾਂ ਵੀ ਤੁਸੀਂ ਕਦੇ ਉਹਨਾਂ ਨਾਲ ਗੱਲਬਾਤ ਕੋਈ ਕਰਨ ਦੀ ਕੋਸ਼ਿਸ਼ ਕੀਤੀ,
कल मैनू एक होर वीडियो भी दिखाई किसी ने भेजी जर्मन तो मुंडे ने तीन नौजवान जिन्हां दी उम्र 16-17 साल है जमा अल्फ नंगे होके मज्ज ते चढ़ी जांदे है। हुण तुसीं हिसाब ला लो भी साडी जवानी जा कितर नूं रही है। ढंग असीं सारे जाणदे हां, साफ गल की हो गया, असीं उह लैंड छड़ती, ढंग असीं सारे जाणदे हां। पर असीं कहिंदे इक वारी हर एक बंदे नूं मौका देना चाहिए। असीं भी उस लैंड ते आए हैं, असीं भी स्वीकार किया लोगों के अगे कि असीं गैंगवार गैंगस्टर की लैंड के बंदे सी, चमकीले ने इन्ना गंद पाया नहीं सी। वह ठोकता उदू बाद ठप हो गया, इतने वह भी किसी खाते नहीं पिया, खाते भी नहीं पैने। कारण ये असीं चाहते हैं किसी माँ का पुत ना मरे, वह माँ प्यो नहीं कहता, वह भैन भाई नहीं कहता होना भी तुम गंद पाओ। असी जे कहते बदमाशी करते, साढ़े माँ प्यो नहीं कहते बदमाशी करो, किसी का माँ प्यो नहीं अगे दिता होंगे। ये ना सोचो भी साढ़े पिंड दे आ यार, चंगे दा माड़े दा विरोध करना बहुत जरूरी है। वाहिगुरु जी का खालसा, वाहिगुरु जी की फतेह। बाबे बहुत टाइम का मसला भखया पाया, 7-8 दिन का मसला बहुत ही ज्यादा भखया पाया। असी बहुत बहुत सत्कार करते, साढ़े को खालसा जी प्रेम प्यार लैके आ रहे, ठीक है। आ बैठने इन्हों गलबात हुई थी, असं आख्या जो मर्जी कोई प्यार गलबात कोई भी बंदा करूगा, अभी पहला भी करूँ तैयार से, हूँ भी करूँ तैयार है। साढ़े को प्यार की गलबात लैके आए थे, प्रेम प्यार गलबात इन्होंने करी आ, सारा जोड़ा मसला है उधरों भी यह गलबात करके, दूजी पार्टी भी गल गलबात करके सके, तो साढ़े ना भी इन्होंने करी थी। दूजी पार्टी ने यह गल क्लीयर करती, इन्हों को सारे कॉल रिकॉर्डिंग ने, उन्हें इन्होंने दूजी पार्टी जी रामण बास वाले मुझे उन्होंने तो वीडियो मंगा के कर ली, वीडियो इन्होंने मंगा ली, तो इन्होंने कोडियो हैगी है, ठीक है, इन्होंने को भी आपके पेज पर पाँगे। उन्होंने भी उन्होंने कहता भी साढ़े ना भी उन्होंने कोई कोई निजी झगड़ा नहीं है, साढ़े ना भी कोई झगड़ा नहीं है वो मुझे, ठीक है जी। रामण बास उस पिंड को कोई ठेस पहुंचे गलती पहुंचे वो असं माफ़ी मांग चुके हैं, क्योंकि किसी भी इंसान को साडा ठेस पहुँचाने का साडा कोई मंतव नहीं है। किस तरह साडा जो अभी साढ़े वीडियो में लोगों पसंद करते हैं, ये नहीं है भी साढ़े वीडियो का किसी ठेस पहुंचे, ठीक है जी। गल तो किसी ना सा उन्होंने कोई झगड़ा नहीं है। दूजी गल जी गल होर वीडियो की गल चल रही है, वो वीडियो असी डिलीट करती, ठीक है। तो ऐवें कोई भड़काई योग वीडियो साढ़िया होर भी आदि रहनगियां, जिन्हें ने मचना जलसी करनी आ, कमेंट नैगेटिव पॉजिटिव कमा कमेंट करे, डर के भज के कोई डरे नहीं है। इन्होंने असं पहला भी यह गल कही थी, असं प्यार गल कर तैयार हाँ, इन्ना प्यार लैके आए सिख, असं भी सिखा, असं भी सिखा के मुंडे हैं, सिख परिवार साढ़े अद्धी फैमिली का अमर छकया हुआ, बिच होर ही लोग गल नैगेटिव हाँ 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 असं गल कहती भी नैगेटिव कमेंट मारी होंगे, तुम डर के भज के प्यार प्यार ना कोई भी गल करता करूँ तैयार हाँ। अभी मैं पहला भी हर एक समय यह गल बोलता हूँ, जो बंदा कोई गिट ने बता हाथ लेवे अभी उन्होंने स्वीकार करते हैं, असं इन्हों का भी धन्यवाद करते जिन्होंने इन्होंने सारी सारा मसला सुलझाया, जिन्होंने भी उन्होंने साड़ी गल कराई आ, मेरी फोन से खुद ही आपकी गलबात हुई आ, मेरे को खुद रिकॉर्डिंग आ, ठीक है जे असी मैं कोई और रिकॉर्डिंग पाऊंगा नहीं, असं आपके को रखा हाँ। आ साडा अज तो गल निबड़ी आ, खालसा जी बिच खड़े ने, ना असी उन्होंने कुछ कही ना वो सू, उन्होंने जिम्मेवारी इन्होंने ली आ, इन्ह असी इन्हों अपनी जिम्मेवारी दे हाँ, अभी उन्होंने खिलाफ कोई भड़काने वाली वीडियो नहीं पावे। जे जिदा कि हाँ भी जी किसी समाज में कोई ठेस पहुंच जाए भी है ना, भी साढ़े वीडियो खिलाफ वो वीडियो साढ़े नहीं आनी है। बाकी एक गल क्लीयर आ भी है ना भी कोई भी कहने भी सारे असी चीज़ भी कोई भी सू गैंगस्टर की किसी की भी धमकी आँगी है वो जिम्मेवार इन्होंने इन्होंने सारी जिम्मेवारी लगी है। लेकिन तुम भी बस ये गल क्लीयर कर दो भी दो गल असी क्लीयर कर चुके हैं, ठीक है। नंबर एक असं उन्होंने मुंडे कह चुके साथ उन्होंने कोई चीज़ा उन्होंने भी असं उन्होंने भी साढ़ा उन्होंने कोई लड़ाई झगड़ा नहीं है, ठीक है जी। उन्होंने इन्हों खुद गल की है भी साढ़ा राजीनामा, ठीक है। हाँ रामण बास पिंड वाले जे उन्होंने बिल्कुल उन्होंने ठेस पहुँचाने वाली कोई वीडियो नहीं आऊगी, ठीक है जी। सानू वधिया लग्या मिल के, ना ही असी पाइए ना ही वो पाउण, ठीक है। तो बाबे हुण साडा मसला सारा टिक गया, हुण बिच लोग होणगे भड़काउण वाले, बिच कहिंदे डर गए, बिच कहिंदे आए करके वो कर गया, कोई गलबात नहीं। सो सारी गलबात जिहड़ी होगी क्लीयर होगी, कि चार बंदे आ गए उहनां नाल गलबात कर लो, असीं तुहाडी गलबात कर लाँगे, पर उहदा ट्राली पर क्या गया, सो चलो जिहड़ा भी होणा सी हो गया, निबड़ गया कम्म। तो बाकी जिहड़ी गल आई सी ट्रालियां ट्रुलियां भरन वाली गल, उन्होंने सारियां गल्लां उहनां नूं सारियां गल्लां क्लीयर करियां नेगियां, ना असं ट्रालिया भरने वाले गल तो ना कल डरते हैं ना अच्छ डरते हैं, अभी सिर्फ खालसा पंथ की जोड़ा भी बंदा कोई भी साढ़े ना कि चंगा करता।
ਨਾ ਅਸੀਂ ਉਹਨਾਂ ਨੂੰ ਕੁਝ ਕਹੀਏ ਨਾ ਉਹਨੂੰ ਤੁਹਾਨੂੰ ਕੁਝ ਕਹਿਣ ਬਾਕੀ ਚੱਲ ਉਹਨਾਂ ਨੂੰ ਫਿਰ ਫੋਨ ਕੀ ਆ ਜੇ ਉਹਨਾਂ ਨੂੰ ਲੱਗਿਆ ਵੀ ਅਸੀਂ ਪਰਸਨਲ ਤੌਰ ਤੇ ਸਾਨੂੰ ਕਿਹਾ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਮਾਫੀ ਮੰਗ ਲਈ ਤੇ ਹਾਂ ਤੁਹਾਨੂੰ ਇਸ ਮਾਮਲੇ ਵਿੱਚ ਕੌਣ ਗਲਤ ਤੇ ਕੌਣ ਸਹੀ ਲੱਗਦਾ ਹੈ, ਕਿਸ ਦੀਆਂ ਗੱਲਾਂ ਵਿੱਚ ਸੱਚਾਈ ਜਾਪਦੀ ਹੈ, ਇਹ ਫੈਸਲਾ ਤੁਹਾਡੇ ਹੱਥ ਵਿੱਚ ਹੈ। ਇਸ ਬਾਰੇ ਵੀਡੀਓ ਵਿੱਚ ਤੁਸੀਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਸ ਦੇ ਨਾਲ ਹੀ ਇਸ ਵੀਡੀਓ ਨੂੰ ਲਾਈਕ ਜਾਂ ਡਿਸਲਾਈਕ ਜ਼ਰੂਰ ਕਰਨਾ। ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾਉਣਾ, ਜਿਸ ਨਾਲ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।